ਸਭ ਤੋਂ ਪਹਿਲਾਂ ਗੱਲ ਕਰਦੇ ਆਂ ਪਹਿਲੇ ਨੰਬਰ ਵਾਲੀ ਤੁਸੀਂ ਐਵੇਂ ਦੇ ਮਨੋਖੋ ਕਿ ਤੁਸੀਂ ਫਜ਼ੂਲ ਖਰਚਾ ਕਰਨਾ ਕਦੇ ਵੀ ਪਸੰਦ ਨਹੀਂ ਕਰਦੇ ਤੁਸੀਂ ਹਮੇਸ਼ਾ ਦੂਜਿਆਂ ਦੀ ਮਦਦ ਕਰਦੇ ਤੁਹਾਨੂੰ ਹਰ ਪਸ਼ੂ ਪੰਛੀ ਮਨੋਖ ਜੀਲੀ ਮਨ ਦੇ ਵਿੱਚ ਦਇਆ ਭਾਵਨਾ ਹੈ ਤੁਹਾਡੇ ਤੋਂ ਕਿਸੇ ਵੀ ਦਾ ਦੁੱਖ ਨਹੀਂ ਦੇਖਿਆ ਜਾਂਦਾ ਤੁਸੀਂ ਕਿਸੇ ਨਾਲ ਲੜਦੇ ਨਹੀਂ ਸਾਹਮਣੇ ਵਾਲਾ ਲੜੇ ਤਾਂ ਤੁਸੀਂ ਰੋਣ ਲੱਗ ਜਾਂਦੇ ਮਨ ਸਾਫ਼ ਹੈ ਪਰ ਇਹ ਮਨ ਬੜੀ ਜਲਦੀ ਹੋਰਾਂ ਦੀਆਂ ਗੱਲਾਂ ਵਿੱਚ ਆ ਜਾਂਦਾ ਜੋ ਕਿ ਨਹੀਂ ਹੋਣਾ ਚਾਹੀਦਾ ਤੁਹਾਨੂੰ ਕਰਜ਼ਾ ਲੈਣਾ ਜਮ੍ਹਾਂ ਵਧੀਆਂ ਨਹੀਂ ਲੱਗਦਾ ਜੇ ਕਦੇ ਮੁਸ਼ਕਿਲ ਸਮੇਂ ਲੈਣਾ ਪੈ ਜਾਵੇ ਤਾਂ ਤੁਸੀਂ ਪਾਈ ਪਾਈ ਸਮੇਂ ਸਿਰ ਚੁਕਾ ਸਕਦੇ ਤੁਹਾਡੀ ਕਿਸਮਤ ਅਨੁਸਾਰ ਤੁਸੀਂ ਦਿਲ ਦੇ ਰਾਜੇ ਮਨੁੱਖ ਦੂਜਿਆਂ ਦੀ ਮਦਦ ਲਈ ਕਦੇ ਪਿੱਛੇ ਨਹੀਂ ਹਟਦੇ ਤੁਹਾਡੇ ਕੋਲ ਮਾਣ ਤੇ ਤਨ ਦਾ ਸੋਖ ਹੈ ਕਈਆਂ ਕੋਲ ਪੈਸਾ ਬਹੁਤ ਹੈ ਪਰ ਸਕੂਨ ਨਹੀਂ ਸਕੂਨ ਤੋਂ ਉੱਤੇ ਕੋਈ ਚੀਜ਼ ਨਹੀਂ ਹੈ ਤੁਹਾਡੇ ਭਾਗਾਂ ਵਿੱਚ ਸਕੂਨ ਬਹੁਤ ਲਿਖਿਆ ਤੁਹਾਡੀ ਸ਼ਾਂਤੀ ਹੀ ਤੁਹਾਨੂੰ ਬਹੁਤ ਕੁਝ ਦਿਵਾਊਗੀ ਤੁਹਾਡੀਆਂ ਤਿੰਨ ਇੱਛਾਵਾਂ ਪੂਰੀਆਂ ਹੋਣ ਵਾਲੀਆਂ ਨੇ ਜੋ ਵੀ ਇੱਛਾ ਤੁਹਾਡੇ ਮਨ ਵਿੱਚ ਹੈ ਉਹਨੂੰ ਆਪਾਂ ਲਕਸ਼ਿਅ ਬਣਾ ਕੇ ਉਸਤੇ ਡਟੇ ਰਹੋ ਤੁਸੀਂ ਬਹੁਤ ਸਮੇਂ ਤੋਂ ਕੋਈ ਵਾਹਨ ਲੈਣ ਵਾਲੇ ਵਹੀਕਲ ਲੈਣ ਵਾਲੇ ਸੋਚ ਰਹੇ ਸੀ ਪਰ ਕੋਈ ਸੰਯੋਗ ਨਹੀਂ ਸੀ ਬਣ ਰਿਹਾ ਤਾਂ ਤੁਹਾਡੀ ਇਹ ਇੱਛਾ ਬਹੁਤ ਜਲਦ ਪੂਰੀ ਹੋਣ ਵਾਲੀ ਜਿਨ੍ਹਾਂ ਦਾ ਵਿਆਹ ਨਹੀਂ ਹੋਣਦਿਆ ਉਹ ਵੀ ਇੱਛਾ ਪੂਰੀ ਹੋਵੇਗੀ ਤੇ ਰੋਜ਼ ਇੱਕ ਬਾਣ ਜਪਜੀ ਸਾਹਿਬ ਦਾ ਕਰੋ ਤੁਸੀਂ ਵੇਖਿਓ ਇਸ ਨਾਲ ਕਿੰਨਾ ਬਦਲਾਅ ਆਉਂਦਾ ਹੈ ਰੱਬ ਨੇ ਜਿਸ ਮਨੁਕਤਾ ਸਾਧ ਤੁਹਾਡੇ ਪਾਗਾਂ ਵਿੱਚ ਲਿਖਿਆ ਉਹ ਵੀ ਤੁਹਾਨੂੰ ਬੜੀ ਜਲਦੀ ਮਿਲ ਜਾਵੇਗਾ ਤੁਸੀਂ ਐਸਾ ਕੰਮ ਕਰਨ ਬਾਰੇ ਸੋਚ ਰਹੇ ਹੋ ਜੋ ਤੁਹਾਡੀਆਂ ਤੇ ਤੁਹਾਡੇ ਪਰਿਵਾਰ ਦੀਆਂ ਸਾਰੀਆਂ ਇੱਛਾਵਾਂ ਪੂਰੀਆਂ ਕਰ ਦੇਵੇ ਤਾਂ ਉਹ ਵੀ ਬੜੀ ਜਲਦੀ ਹੋਣ ਵਾਲਾ ਹੈ ਉਸ ਲਈ ਸਵੇਰੇ ਉੱਠਣ ਅਨਸਾਰ ਪੰਜ ਵਾਰ ਮੂਲ ਮੰਤਰ ਦਾ ਜਾਪ ਕਰੋ ਜੇਕਰ ਕੋਈ ਕੰਮ ਨੇਪਰੇ ਨਹੀਂ ਚੜਦਾ ਪਿਆ ਜ਼ਿੰਦਗੀ ਹਤਾਸ਼ ਜੀ ਲੱਗਦੀ ਹੈ ਤਾਂ ਸਵੇਰੇ ਸ਼ਾਮ ਗੁਰੂ ਘਰ ਜਾ ਦੁਜਾ ਨੰਬਰ ਕਿੰਦੇ ਤੁਹਾਡਾ ਬਹੁਤ ਸੋਹਣਾ ਸਮਾਂ ਚੱਲਦਾ ਪਿਆ ਜੇ ਕਿਸੇ ਪਾਸੇ ਘਾਟਾ ਤਾਂ ਕੁਝ ਹੀ ਸਮੇਂ ਵਿੱਚ ਉਹ ਪੂਰਾ ਹੋ ਜਾਵੇਗਾ ਤੁਹਾਨੂੰ ਕਿਸੇ ਪਾਸੇ ਤੋਂ ਵੱਡਾ ਮੁਨਾਫਾ ਮਿਲਣ ਵਾਲਾ ਜੋ ਤੁਹਾਡੀ ਜ਼ਿੰਦਗੀ ਬਦਲ ਕੇ ਰੱਖ ਦੇਗਾ ਤੁਸੀਂ ਕੋਈ ਵੀ ਖੇਤਰ ਵਿੱਚ ਕੰਮ ਕਰਦੇ ਹੋ ਤਾਂ ਉੱਥੇ ਤੁਸੀਂ ਸਫਲ ਹੋਣ ਵਾਲੇ ਵਾਗਰੋਧੀ ਤੁਹਾਡੇ ਤੇ ਬੜੀ ਮਿਹਰ ਜੋ ਵੀ ਨਵੇਂ ਰਿਸ਼ਤੇ ਜੋੜਨ ਜਾ ਰਹੇ ਹੋ ਉਸ ਵਿੱਚ ਘਾਰ ਵਾਲਿਆਂ ਦੇ ਦਿਲਾਂ ਦਾ ਹੋਣਾ ਬਹੁਤ ਜ਼ਰੂਰੀ ਜੇ ਅਜੇ ਨਹੀਂ ਤਾਂ ਕੁਝ ਸਮੇਂ ਇੰਤਜ਼ਾਰ ਕਰ ਲਵੋ ਕਿਉਂਕਿ ਨਹੀਂ ਤਾਂ ਦੁਖੀ ਹੋਣ ਦਾ ਕੋਈ ਫਾਇਦਾ ਨਹੀਂ ਤੇ ਘਰ ਬਣਾਉਣ ਦੀ ਜੋ ਇੱਛਾ ਹੈ ਉਹ ਬਹੁਤ ਜਲਦੀ ਪੂਰੀ ਹੋਵੇਗੀ